ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਮੁਖੀ ਸਰਦਾਰ ਕਠੂਰੀਆ ਦਾ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਪਹੁੰਚਣ ਤੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਪਤਵੰਤਿਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਜਿੱਥੇ ਸਰਦਾਰ ਕਠੂਰੀਆ ਨੇ ਪੰਜਾਬੀ ਮਾਂ ਬੋਲੀ ਬਾਰੇ ਬੋਲਦਿਆਂ ਕਿਹਾ ਕਿ ਲਿਖਣ ਵਾਲੇ ਤਾਂ ਬਹੁਤ ਕੁਝ ਲਿਖਦੇ ਨੇ ਪਰ ਪੜ੍ਹਨ ਵਾਲਿਆਂ ਦੀ ਗਿਣਤੀ ਬਹੁਤ ਹੀ ਘੱਟ ਹੈ। ਉਹਨਾਂ ਕਿਹਾ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਅਜੋਕੇ ਸਮੇਂ ਦੇ ਬੱਚੇ ਪੰਜਾਬੀ ਮਾਂ ਬੋਲੀ ਵਾਲੇ ਪਾਸੇ ਵੀ ਨਹੀਂ ਜਾ ਰਹੇ, ਜਿਸ ਦੇ ਚੱਲਦਿਆਂ ਹੀ ਪੰਜਾਬੀਆਂ ਨੂੰ ਹੁਣ ਜਾਗਣ ਦੀ ਲੋੜ ਹੈ। ਉਹਨਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਆਪਣੀ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਦਿਆਂ ਉਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੰਜਾਬੀ ਬੋਲੀ ਬੋਲਣੀ ਜ਼ਰੂਰੀ ਹੈ। ਸਾਨੂੰ ਬੜੀ ਖੁਸ਼ੀ ਦੀ ਗੱਲ ਕਿ ਸਾਰੇ ਬੜੀ ਸ਼ਿੱਦਤ ਨਾਲ ਲੱਗੇ ਹੋਏ, ਪਰ ਕਮਜ਼ੋਰੀ ਸਾਡੀ ਕਿੱਥੇ ਰਹਿ ਜਾਂਦੀ ਜਦੋਂ ਅਸੀਂ ਇਕੱਠੇ ਵੀ ਕੰਮ ਨਹੀਂ ਕਰਦੇ। ਸਾਡਾ ਮਨ ਤੁਸੀਂ ਕਿ ਅਸੀਂ ਵਿਸ਼ਵ ਪੱਧਰ ਦੇ ਉੱਤੇ ਅਸੀਂ ਜੇ ਇਸ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਿਸੇ ਨਾ ਕਿਸੇ ਹੱਦ ਤੱਕ ਉਸ ਚੀਜ਼ 'ਤੇ ਪਹੁੰਚ ਜਾਵਾਂਗੇ, ਕਿਉਂਕਿ ਅਸੀਂ ਬਹੁਤ ਪਿੱਛੇ ਰਹਿ ਗਏ। ਅੱਜ ਚਿੰਤਾ ਵੀ ਸਾਰੇ ਕਰ ਰਹੇ ਹਾਂ, ਬਹੁਤ ਕੁਝ ਲਿਖਿਆ ਜਾ ਰਿਹਾ ਪਰ ਪੜ੍ਹਨ ਵਾਲੇ ਕਿਤੇ ਨਹੀਂ ਜਾ ਰਹੇ, ਸਾਡੇ ਬੱਚੇ ਪੰਜਾਬੀ ਬੋਲੀ ਵਾਲੇ ਪਾਸੇ ਨਹੀਂ ਜਾ ਰਹੇ। ਈਵਨ ਪੰਜਾਬ ਦੇ ਵਿੱਚ ਆ ਕੇ ਸਾਨੂੰ ਪੰਜਾਬੀ ਜਾਗਰੂਕਤਾ ਰੈਲੀ ਕਰਨ ਦੀ ਕਿਉਂ ਲੋੜ ਪਈ ਕਿ ਪੰਜਾਬੀ ਉਹ ਹੁਣ ਜਾਗੀ ਹੈ? ਅਸੀਂ ਆਪਣੇ ਬੱਚਿਆਂ ਨੂੰ ਕਾਨਵੈਂਟਸ ਨੇ ਪੜ੍ਹਾਉਂਦੇ ਹਾਂ, ਕਿਉਂ ਨਹੀਂ? ਚੰਗੀ ਗੱਲ ਹੈ, ਸਾਨੂੰ ਮਾਣ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਜਾਣਾ ਹੈ, ਉਹਨਾਂ ਨੂੰ ਚੰਗੀ ਵਿੱਦਿਆ ਦੇਣੀ ਹੈ। ਪਰ ਉਹਨਾਂ ਸਕੂਲਾਂ ਵਿੱਚ ਅਸੀਂ ਪੜ੍ਹਾਉਂਦੇ ਜਿੱਦਾਂ ਸਕੂਲਾਂ 'ਚ ਪੰਜਾਬੀ ਬੋਲਣ ਜੁਰਮਾਨੇ ਕੀਤੇ ਜਾਂਦੇ ਆ, ਸਾਡੇ ਬੱਚਿਆਂ ਨੂੰ ਪੰਜਾਬੀ ਸਿੱਖਣ ਨਹੀਂ ਦਿੱਤੀ ਜਾ ਰਹੀ, ਕਿਵੇਂ ਅੱਗੇ ਜਾਣਗੇ? ਸਾਡੀ ਗੁਰਬਾਣੀ ਨੂੰ ਬੜਾ ਵੱਡਾ ਮਾਣ ਬਖਸ਼ਿਆ ਗੁਰੂ ਸਾਹਿਬ ਨੇ, ਕਿ ਉਸ ਗੁਰਬਾਣੀ ਨੂੰ ਗੁਰੂ ਦੀ ਬਾਣੀ, ਰੱਬ ਦੀ ਬਾਣੀ ਕਹਿ ਦਿੱਤਾ। ਕਿਹੜੀ ਬਾਣੀ ਲਈ ਉਹਨਾਂ ਨੇ, ਕਿਹੜੀ ਬੋਲੀ ਲਈ? ਪੰਜਾਬੀ। ਉਹ ਸਾਨੂੰ ਕਈ ਵਾਰ ਪੰਜਾਬੀ ਬੋਲੀ ਬੋਲਣ 'ਤੇ ਸ਼ਰਮ ਮਹਿਸੂਸ ਹੁੰਦੀ ਹੈ। ਸਾਨੂੰ ਮਾਣ ਹੋਣਾ ਚਾਹੀਦਾ, ਸਾਡੀ ਸ਼ਾਨ ਹੈ, ਸਾਡੀ ਪਹਿਚਾਣ ਹੈ। ਜੇ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਦੱਸਾਂਗੇ ਤਾਂ ਅਸੀਂ ਪੰਜਾਬੀ ਬੋਲੀ ਨੂੰ ਨਹੀਂ ਬਚਾ ਸਕਦੇ। ਜਿੰਨੀ ਮਰਜ਼ੀ ਕਵਿਤਾ ਲਿਖੀ ਜਾਈਏ, ਕਵਿਤਾਵਾਂ ਲਿਖੀ ਜਾਈਏ, ਬੁੱਕਾਂ ਲਿਖੀ ਜਾਈਏ, ਜੇ ਪੜ੍ਹਨ ਵਾਲੇ ਨਹੀਂ ਹੋਣਗੇ ਤਾਂ ਇਹਨਾਂ ਦਾ ਕੀ ਫਾਇਦਾ ਹੋਵੇਗਾ? ਅੱਜ ਸਾਨੂੰ ਲੋੜ ਹੈ ਸਾਰਿਆਂ ਨੂੰ, ਸਾਰੀਆਂ ਸਿਹਤ ਸਮਾਵਾਂ ਨੂੰ ਵਿਸ਼ਵ ਪੱਧਰ 'ਤੇ ਉੱਠ ਕੇ ਗੱਲ ਕਰਨ ਦੀ, ਇਕੱਠੇ ਹੋ ਕੇ ਹਮਲਾ ਮਾਰਨ ਦੀ, ਔਰ ਆਪਣੇ ਬੱਚਿਆਂ ਨੂੰ ਇੱਦਾਂ ਜੋੜਨ ਦੀ। ਬੱਚਿਆਂ ਨੂੰ ਨਾਲ ਜੋੜਨ ਵਾਲਾ ਸਭ ਤੋਂ ਪਹਿਲਾਂ ਸਾਨੂੰ ਆਪਣੇ ਘਰ ਤੋਂ ਤੁਰਨਾ ਪਏਗਾ। ਇਸ ਦੌਰਾਨ ਪਤਵੰਤਿਆਂ ਵੱਲੋਂ ਸਰਦਾਰ ਕਠੂਰੀਆ ਅਤੇ ਹੋਰ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਗੁਰਮੀਤ ਸਿੰਘ ਪਲਾਹੀ ਨੇ ਦੱਸਿਆ ਕਿ ਸਰਦਾਰ ਕਠੂਰੀਆ ਵੱਲੋਂ ਕੈਨੇਡਾ ਵਿੱਚ ਰਹਿ ਕੇ ਪੰਜਾਬੀ ਮਾਂ ਬੋਲੀ ਦਾ ਬਹੁਤ ਹੀ ਜ਼ਿਆਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹੁਣ ਇਹਨਾਂ ਵੱਲੋਂ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਲਈ ਵੱਖ ਵੱਖ ਸੰਸਥਾਵਾਂ ਨਾਲ ਮਿਲ ਕੇ ਕਈ ਨਵੇਂ ਪ੍ਰੋਜੈਕਟ ਉਲੀਕੇ ਗਏ ਨੇ। ਕੈਲਗਰੀ ਕੈਨੇਡਾ ਦੇ ਚੇਅਰਮੈਨ ਕਠੂਰੀਆ ਜੀ ਅੱਜ ਸਾਡੇ ਦਰਮਿਆਨ ਆਪਣੀ ਟੀਮ ਦੇ ਨਾਲ ਆਏ ਨੇ। ਬੜਾ ਵੱਡਾ ਉਪਰਾਲਾ ਹੈ ਉਹਨਾਂ ਦਾ ਕੈਨੇਡਾ ਦੇ ਵਿੱਚ, ਔਰ ਪਿਛਲੇ ਦਿਨੀ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਆਪਣੀ ਟੀਮ ਲੈ ਕੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਲਈ ਇੱਕ ਜਾਗਰੂਕ ਮੁਹਿੰਮ ਜਿਹੜੀ ਹੈ ਚਾਲੂ ਕੀਤੀ ਸੀ, ਔਰ ਪੰਜਾਬ ਦੇ ਵੱਖੋ ਵੱਖਰੇ ਸ਼ਹਿਰਾਂ ਪਿੰਡਾਂ ਵਿੱਚ ਜਾ ਕੇ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੇ ਹੱਕ ਦੇ ਵਿੱਚ ਝੰਡਾ ਬੁਲੰਦ ਕੀਤਾ ਸੀ। ਅੱਜ ਉਹ ਫਗਵਾੜਾ ਸ਼ਹਿਰ ਦੇ ਵਿੱਚ ਆਏ ਨੇ, ਔਰ ਇੱਕ ਨਵਾਂ ਹੁੰਗਾਰਾ ਜਿਹੜਾ ਹੈ ਲੋਕਾਂ ਵੱਲੋਂ ਉਹਨਾਂ ਨੂੰ ਮਿਲ ਰਿਹਾ, ਕਿਉਂਕਿ ਵੱਖੋ ਵੱਖਰੇ ਸਮੇਂ ਦੇ ਉੱਤੇ ਉਹਨਾਂ ਨੇ ਪੁਸਤਕਾਂ ਛਪਾਉਣ ਦਾ ਵੀ ਕੰਮ ਕੀਤਾ, ਲੇਖਕਾਂ ਦੇ ਭਲੇ ਦੀ ਵੀ ਗੱਲ ਕੀਤੀ, ਪੰਜਾਬ ਦੇ ਵਿੱਚ ਸਮਾਜਿਕ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਰਲ ਕੇ ਵੀ ਕੁਝ ਇੱਕ ਨਵੇਂ ਪ੍ਰੋਜੈਕਟ ਜਿਹੜੇ ਨੇ ਉਹਨਾਂ ਨੇ ਸ਼ੁਰੂ ਕੀਤੇ ਨੇ। ਮੈਂ ਉਹਨਾਂ ਨੂੰ ਅੱਜ ਇਸ ਸਮਾਗਮ 'ਤੇ ਆਉਣ ਲਈ ਜਿਉਂ ਆਇਆ ਆਖਦਾ ਹਾਂ।